ਬੀਤੇ ਦਿਨੀ ਪੁਲਿਸ ਹਿਰਾਸਤ ਵਿੱਚ ਨੌਜਵਾਨ ਦੀ ਹੋਈ ਮੌਤ ਨੂੰ ਲੈ ਕੇ ਪੀੜਿਤ ਪਰਿਵਾਰ ਵੱਲੋਂ ਜ਼ਿੰਮੇਵਾਰ ਪੁਲਿਸ ਅਧਿਕਾਰੀ ਖਿਲਾਫ ਮਾਮਲਾ ਦਰਜ ਕਰਨ ਨੂੰ ਲੈ ਕੇ ਫਰੀਦਕੋਟ ਦੇ SSP ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ। ਇਸ ਧਰਨੇ ਵਿੱਚ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਵੀ ਪਹੁੰਚੇ। ਇਸ ਤੋਂ ਇਲਾਵਾ ਬੀਬੀ ਪਰਮਜੀਤ ਕੌਰ ਖਲੜਾ, ਲੱਖਾ ਸਿਧਾਣਾ, ਕਿਸਾਨ ਸਟੂਡੈਂਟ ਅਤੇ ਕਈ ਧਾਰਮਿਕ ਜਥੇਬੰਦੀਆਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੀਆਂ। ਮ੍ਰਿਤਕ ਦਾ ਪਰਿਵਾਰ ਇਨਸਾਫ ਦੀ ਗੁਹਾਰ ਲਾ ਰਿਹਾ। ਦੱਸ ਦਈਏ ਕਿ CID ਦੇ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਨੇ 3 ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਸੀ। ਇਹਨਾਂ ਵਿੱਚੋਂ ਜਸਪਾਲ ਸਿੰਘ ਨੇ ਹਿਰਾਸਤ ਵਿੱਚ ਹੀ ਫਾਹਾ ਲਾ ਲਿਆ ਸੀ। ਇਸ ਤੋਂ ਬਾਅਦ ਇੰਸਪੈਕਟਰ ਨਰਿੰਦਰ ਸਿੰਘ ਨੇ ਵੀ ਖੁਦਕੁਸ਼ੀ ਕਰ ਲਈ ਸੀ। ਹੁਣ ਸਾਹਮਣੇ ਆਇਆ ਕਿ ਜਸਪਾਲ ਸਿੰਘ ਦੀ ਮੌਤ ਤੋਂ ਬਾਅਦ ਇੰਸਪੈਕਟਰ ਨਰਿੰਦਰ ਸਿੰਘ ਨੇ ਹੀ ਉਸਦੀ ਲਾਸ਼ ਖੁਰਦਬੁਰਦ ਕੀਤੀ ਸੀ। ਫਰੀਦਕੋਟ ਦੇ SSP ਰਾਜ ਬਚਨ ਸਿੰਘ ਨੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਕੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਉਹਨਾਂ ਨੇ ਇੰਸਪੈਕਟਰ ਨਰਿੰਦਰ ਸਿੰਘ ਦੀ ਖੁਦਕੁਸ਼ੀ ਦੇ ਕਾਰਨਾਂ ਬਾਰੇ ਕੁਝ ਵੀ ਖਾਸ ਨਹੀਂ ਦੱਸਿਆ। ਨਰਿੰਦਰ ਸਿੰਘ ਇੰਸਪੈਕਟਰ ਸਾਹਿਬ CID ਮੌਕੇ ਤੇ ਜਾ ਕੇ ਗਏ ਤੇ ਉੱਥੇ ਜਸਪਾਲ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਨੂੰ CID ਲਿਆਂਦਾ ਗਿਆ। ਹੁਣ ਤੱਕ ਦੀ ਤਫਤੀਸ਼ ਦੇ ਮੁਤਾਬਕ ਉਸ ਨੂੰ ਸਵੇਰੇ 5 ਵਜੇ ਤੱਕ ਜੋ ਸਾਡੇ ਵੇਰੀਅਸ ਸਾਡੇ ਕੋਲ ਜੋ ਤਫਤੀਸ਼ ਦੇ ਵਿੱਚ CCTV ਅਤੇ ਹੋਰ ਫੁਟੇਜ ਵਗੈਰਾ ਦੇ ਬੇਸ ਦੇ ਉੱਤੇ ਸਾਡੀ ਇਨਵੈਸਟੀਗੇਸ਼ਨ ਟੀਮ ਇਸ ਸਿੱਟੇ 'ਤੇ ਪਹੁੰਚੀ ਹੈ ਕਿ ਜਸਪਾਲ ਜੱਸ ਨੇ ਹਵਾਲਾਤ ਦੇ ਵਿੱਚ ਆਪਣੇ ਆਪ ਨੂੰ ਹੈਂਗ ਕਰਕੇ ਵਹਾ ਲਿਆ ਅਤੇ ਉਸ ਤੋਂ ਬਾਅਦ ਉਸਦੀ ਜਿਹੜੀ ਬਾਡੀ ਹੈ ਸਵੇਰੇ ਪਤਾ ਲੱਗਿਆ 5 ਵਜੇ ਨਰਿੰਦਰ ਸਿੰਘ ਉਹਨਾਂ ਨੇ ਉਸਦੀ ਬਾਡੀ ਨੂੰ ਡਿਸਪੋਜ਼ ਆਫ ਕਰਤਾ। ਉਹ ਕਿੱਥੇ ਕੀਤਾ, ਕਿਵੇਂ ਕੀਤਾ, ਹਾਲੇ ਤੱਕ ਸਾਨੂੰ ਉਸ ਗੱਲ ਦੀ ਕਲੈਰਿਟੀ ਅਸੀਂ ਉਹ ਟੀਮ ਹਾਲੇ ਕਰ ਰਹੀ ਹੈ, ਇਨਵੈਸਟੀਗੇਸ਼ਨ ਹਾਲੇ ਜਾਰੀ ਹੈ। ਫਿਲਹਾਲ ਇੰਨੇ ਚੀਜ਼ਾਂ ਦੀ ਪੁਸ਼ਟੀ ਹਾਲੇ ਹੋਈ। ਬੱਚੇ ਪੜ੍ਹੇ, ਕੀ ਜ਼ੁਲਮ ਹੋ ਗਿਆ ਬੱਚੇ ਦਾ, ਦੇਖੋ 24 ਸਾਲ ਦਾ ਬੱਚਾ ਹਾਰਾ, ਵੇਖੋ ਏ ਕੀ ਜ਼ੁਲਮ ਹੋ ਗਿਆ। ਅਸੀਂ ਕੁਛ ਨਹੀਂ ਜਾਣਾ, ਅਸੀਂ ਤਾਂ ਇੱਥੇ ਉਹ ਸਾਨੂੰ ਕੋਈ ਪਤਾ ਨਹੀਂ ਕਿਹੜੇ ਮਾਮਲੇ ਚੱਕ ਕੇ ਲਿਆਈਏ। ਕੀ ਦੱਸ, ਕੀ ਦੋਸ਼ੀ ਹੋ ਗਈ ਸਾਡੇ ਬੱਚੇ ਤੋਂ? ਬੱਚਾ ਸਾਡਾ 18 ਤਰੀਕ ਤੋਂ ਲੱਭ ਬੇਪਤਾ। ਮੈਂ ਕੁਛ ਨਹੀਂ ਕਹਿਣਾ ਚਾਹੁੰਦਾ, ਇਹਨਾਂ ਸਰਕਾਰਾਂ ਤੋਂ ਕੋਈ ਮਿਹਨਤ ਨਹੀਂ। ਆਹ ਬੱਚੇ ਬਿਠਾਓ, ਆਹ ਬੱਚੇ ਬਿਠਾਓ, ਜਿਵੇਂ ਬਾਟੇ ਇਹਨਾਂ ਪੁਲਿਸ ਵਾਲਿਆਂ ਦਾ ਬੱਚੇ ਬਣਾ ਲਓ, ਆਪਣੇ ਬੱਚੇ ਚੁੱਕਣ ਲੱਗ ਪਏ ਹੋਏ। ਆਹ ਸਰਕਾਰਾਂ ਬੱਚੇ ਚੁੱਕਣ ਲੱਗ ਪਏ ਆ। ਬੱਚਾ ਪਰਸੋਂ ਦਾ ਮਰਿਆ, ਸਾਨੂੰ ਦੱਸਿਆ।